ਸਤਿ ਸ਼੍ਰੀ ਅਕਾਲ ਜੀ ਪੰਜਾਬ ਟੁਡੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲਾਂ ਦੀ ਗੱਲ ਦੇ ਵਿੱਚ। ਮਾਂ ਦਾ ਬੱਚਿਆਂ ਲਈ ਮੋਹ ਪਿਆਰ ਤੇ ਕੁਰਬਾਨੀਆਂ ਬਾਰੇ ਤੇ ਅਕਸਰ ਅਸੀਂ ਗੱਲ ਕਰਦੇ ਹਾਂ, ਪਰ ਫਾਦਰ ਸਨ ਰਿਲੇਸ਼ਨਸ਼ਿਪ ਅੱਜ ਦੇ ਦੌਰ 'ਚ ਵੀ ਇੱਕ ਇਹੋ ਜਿਹਾ ਵਿਸ਼ਾ ਹੈ ਜਿਹਦੇ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਜਾਂਦੀ, ਜ਼ਿਆਦਾ ਗੌਰ ਨਹੀਂ ਕੀਤਾ ਜਾਂਦਾ। ਪਿਤਾ ਪੁੱਤਰ ਦਾ ਰਿਸ਼ਤਾ ਇੱਕ ਸੁੰਦਰ ਅਤੇ ਮੁਬਾਰਕ ਰਿਸ਼ਤਾ ਹੈ। ਪੁੱਤਰ ਦੇ ਜਨਮ ਤੋਂ ਲੈ ਕੇ ਪਿਤਾ ਉਸ ਦੇ ਜੀਵਨ ਨੂੰ ਢਾਲਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਹ ਲਗਾਤਾਰ ਆਪਣੇ ਬੇਟੇ ਨਾਲ ਕੀਮਤੀ ਸਬਕ ਸਾਂਝੇ ਕਰਦਾ ਹੈ ਅਤੇ ਉਸ ਨੂੰ ਸਹੀ ਦਿਸ਼ਾ ਵੱਲ ਸੇਧ ਦਿੰਦਾ ਹੈ। ਉਹ ਆਪਣੇ ਪੁੱਤਰ ਦੇ ਬਚਪਨ ਵਿੱਚ ਉਸ ਦਾ ਦੋਸਤ, ਮਾਰਗਦਰਸ਼ਕ, ਅਧਿਆਪਕ ਅਤੇ ਸਭ ਤੋਂ ਵਧੀਆ ਸਾਥੀ ਬਣ ਜਾਂਦਾ ਹੈ। ਪਰ ਪਿਤਾ ਪੁੱਤਰ ਦਾ ਰਿਸ਼ਤਾ ਮੁਸ਼ਕਿਲ ਕਿਉਂ ਹੈ? ਪਿਓ ਪੁੱਤ ਦੇ ਰਿਸ਼ਤੇ ਔਖੇ ਹੁੰਦੇ ਹਨ, ਜਿਵੇਂ ਮਾਂ ਧੀ ਵਾਂਗ ਉਮੀਦਾਂ ਅਤੇ ਡਰ ਨਾਲ ਭਰੇ ਹੁੰਦੇ ਹਨ। ਇੰਨੇ ਲੰਬੇ ਸਮੇਂ ਲਈ ਇੱਕ ਪੁੱਤਰ ਆਪਣੇ ਪਿਤਾ ਨੂੰ ਆਈਡਲਾਈਜ਼ ਕਰਦਾ ਹੈ। ਜਦੋਂ ਇੱਕ ਪੁੱਤਰ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਹਿਸ ਫਾਦਰ ਇਜ਼ ਜਸਟ ਅ ਮੈਨ ਮੋਰਟਲ ਐਂਡ ਫਲੋਡ, ਤਾਂ ਉਹ ਆਪਣੀ ਪਛਾਣ ਦਾ ਦਾਅਵਾ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੇ ਪਿਤਾ ਦੇ ਅਧਿਕਾਰ ਅਤੇ ਗਿਆਨ ਨੂੰ ਚੁਣੌਤੀ ਦਿੰਦਾ ਹੈ। ਜਿਵੇਂ ਜਿਵੇਂ ਪੁੱਤਰ ਵੱਡਾ ਹੁੰਦਾ ਹੈ, ਦੋਹਾਂ ਵਿਚਕਾਰ ਬੰਧਨ ਵਿਕਸਿਤ ਹੁੰਦਾ ਹੈ ਅਤੇ ਉਸ ਤਰ੍ਹਾਂ ਉਹਨਾਂ ਦਾ ਇੱਕ ਦੂਜੇ ਲਈ ਪਿਆਰ ਵੀ ਵੱਧਦਾ ਹੈ। ਸਟੱਡੀਜ਼ ਦੇ ਆਧਾਰ ਨੇ ਦਿਖਾਇਆ ਹੈ ਕਿ ਜੋ ਬੱਚੇ ਆਪਣੇ ਪਿਤਾ ਦੀ ਦੇਖਭਾਲ ਅਤੇ ਮਾਰਗਦਰਸ਼ਨ ਵਿੱਚ ਵੱਡੇ ਹੁੰਦੇ ਹਨ, ਉਹ ਵਧੇਰੇ ਹਮਦੇਰੀ ਵਾਲੇ ਹੁੰਦੇ ਹਨ ਐਂਡ ਦੇ ਹੈਵ ਬੈਟਰ ਕੰਟਰੋਲ ਓਵਰ ਦ ਕੋਰਸ ਆਫ ਦੇਅਰ ਲਾਈਵਸ। ਉਹ ਸਕੂਲ ਵਿੱਚ ਵੀ ਬਿਹਤਰ ਪ੍ਰਦਰਸ਼ਨ ਕਰਦੇ ਹਨ ਅਤੇ ਉਹਨਾਂ ਦੀ ਤੁਲਨਾ ਵਿੱਚ ਵਧੇਰੇ ਪ੍ਰੇਰਣਾ ਰੱਖਦੇ ਹਨ ਜਿਨ੍ਹਾਂ ਕੋਲ ਆਪਣੇ ਪਿਤਾ ਦੇ ਪਿਆਰ ਜਾਂ ਮਾਰਗਦਰਸ਼ਨ ਦੀ ਘਾਟ ਹੈ। ਪਿਤਾ ਪੁੱਤਰ ਦਾ ਰਿਸ਼ਤਾ ਪੂਰੇ ਸਮੇਂ ਵਿੱਚ ਇੱਕੋ ਜਿਹਾ ਨਹੀਂ ਰਹਿ ਸਕਦਾ। ਇਹ ਭਾਵਨਾਵਾਂ ਦੇ ਇੱਕ ਰੋਲਰ ਕੋਸਟਰ ਵਿੱਚੋਂ ਲੰਘਦਾ ਹੈ ਅਤੇ ਇੱਕ ਅਜਿਹੇ ਪੜਾਅ 'ਤੇ ਸੈਟਲ ਹੁੰਦਾ ਹੈ ਜੋ ਦੋਵਾਂ ਲਈ ਆਰਾਮਦਾਇਕ ਹੁੰਦਾ ਹੈ, ਕੰਫਰਟੇਬਲ ਹੁੰਦਾ ਹੈ। ਆਓ ਇਸ ਸਫ਼ਰ ਬਾਰੇ ਵਿਸਥਾਰ ਨਾਲ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਸ਼ੁਰੂਆਤੀ ਬਚਪਨ, ਯਾਨੀ ਕਿ ਅਰਲੀ ਚਾਈਲਡਹੁੱਡ। ਹਾਲਾਂਕਿ ਬੱਚੇ ਪੋਸ਼ਣ ਅਤੇ ਦੇਖਭਾਲ ਲਈ ਜ਼ਿਆਦਾਤਰ ਆਪਣੀਆਂ ਮਾਵਾਂ 'ਤੇ ਨਿਰਭਰ ਕਰਦੇ ਹਨ, ਪਿਤਾਵਾਂ ਨਾਲ ਬਿਤਾਇਆ ਸਮਾਂ ਵੀ ਬਰਾਬਰ ਮਹੱਤਵਪੂਰਨ ਹੁੰਦਾ ਹੈ। ਸਟੱਡੀਜ਼ ਸੁਜੈਸਟ ਦੈਟ ਫਾਦਰ ਚਾਈਲਡ ਇੰਟਰੈਕਸ਼ਨਸ ਆਰ ਮੋਸਟ ਸਟਿਮੂਲੇਟਿੰਗ, ਵਿਗਰਸ ਐਂਡ ਅਰਾਊਜ਼ਿੰਗ। ਸ਼ੁਰੂਆਤੀ ਬਚਪਨ ਦੇ ਦੌਰਾਨ ਪੁੱਤਰ ਆਪਣੇ ਪਿਤਾ ਵੱਲ ਦੇਖਦਾ ਹੈ ਜੋ ਉਸਦਾ ਨਾਇਕ ਅਤੇ ਪ੍ਰੇਰਣਾ ਹੈ, ਉਸਦਾ ਹੀਰੋ ਹੈ। ਉਹ ਆਪਣੇ ਪਿਤਾ ਨੂੰ ਆਈਡਲਾਈਜ਼ ਕਰਦਾ ਹੈ ਅਤੇ ਮੋਹਿਤ, ਯਾਨੀ ਕਿ ਫੈਸੀਨੇਟਿਡ ਮਹਿਸੂਸ ਕਰਦਾ ਹੈ ਜਦੋਂ ਉਸਦੇ ਪਿਤਾ ਖਿਡੌਣੇ ਨੂੰ ਠੀਕ ਕਰਦੇ ਹਨ ਜਾਂ ਉਸਨੂੰ ਹਵਾ ਵਿੱਚ ਉੱਚਾ ਚੁੱਕਦੇ ਹਨ। ਉਹ ਆਪਣੇ ਪਿਤਾ ਨੂੰ ਹਰਕੁਲੀਸ ਨਾਲੋਂ ਤਾਕਤਵਰ ਜਾਂ ਆਈਨਸਟਾਈਨ ਨਾਲੋਂ ਬੁੱਧੀਮਾਨ ਸਮਝਦਾ ਹੈ ਅਤੇ ਉਸਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਉਸ ਵਾਂਗ ਖਾਣਾ, ਪਹਿਰਾਵੇ, ਇੱਥੋਂ ਤੱਕ ਕਿ ਉਸ ਵਾਂਗ ਚੱਲਣ 'ਤੇ ਜ਼ੋਰ ਦਿੰਦਾ ਹੈ। ਉਹ ਉਸਦੇ ਨਾਲ ਸਮਾਂ ਬਿਤਾਉਣਾ ਚਾਹੁੰਦਾ ਹੈ ਅਤੇ ਉਸਦੇ ਪਿਤਾ ਦੀ ਇੱਕ ਛੋਟੀ ਜਿਹੀ ਤਾਰੀਫ, ਥੋੜ੍ਹੀ ਜਿਹੀ ਐਪਰੀਸੀਏਸ਼ਨ ਹੀ ਉਹਦਾ ਦਿਨ ਬਣਾ ਦਿੰਦੀ ਹੈ। ਦੂਜਾ ਪੜਾਅ ਹੈ ਜੀ ਟੀਨੇਜ, ਯਾਨੀ ਕਿ ਕਿਸ਼ੋਰ। ਇਹ ਪੁੱਤਰ ਅਤੇ ਪਿਤਾ ਦੋਵਾਂ ਲਈ ਇੱਕ ਔਖਾ ਪੜਾਅ ਹੁੰਦਾ ਹੈ ਕਿਉਂਕਿ ਇਸ ਪੜਾਅ 'ਤੇ ਪੁੱਤਰ ਆਪਣੇ ਵਿਚਾਰ ਵਿਕਸਿਤ ਕਰਦਾ ਹੈ। ਵਿਚਾਰਾਂ, ਦਲੀਲਾਂ ਅਤੇ ਟਕਰਾਵ ਹੁੰਦੇ ਹਨ ਐਂਡ ਦ ਐਵੀਟੇਬਲ ਲੋਕਿੰਗ ਆਫ ਹੌਨ। ਪਿਤਾ ਦੇ ਨਾਲ ਫਿਸ਼ਿੰਗ ਟ੍ਰਿਪ ਅਤੇ ਫੁੱਟਬਾਲ ਮੈਚ ਹੁਣ ਦੋਸਤਾਂ ਨਾਲ ਸਕੇਟਬੋਰਡਿੰਗ ਨਾਲ ਬਦਲ ਗਏ ਹਨ। ਟੀਨਸ ਯੂਜੂਲੀ ਟ੍ਰੇਡ ਦੇਅਰ ਫਾਰਮਰ ਆਈਡਲਾਈਜੇਸ਼ਨ ਫੋਰ ਦੇਅਰ ਫਾਦਰਸ ਫੋਰ ਐਡਮਾਇਰੇਸ਼ਨ ਆਫ ਫਰੈਂਡਸ ਔਰ ਫੇਮਸ ਪਰਸਨੈਲਿਟੀਜ਼। ਪਰ ਇਹ ਹਮੇਸ਼ਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਿਤਾ ਅਤੇ ਪੁੱਤਰ ਦੋਵਾਂ ਦੁਆਰਾ ਇੱਕ ਛੋਟੀ ਜਿਹੀ ਕੋਸ਼ਿਸ਼ ਕਿਸ਼ੋਰ ਅਵਸਥਾ ਵਿੱਚ ਇੱਕ ਸੁਚਾਰੂ ਤਬਦੀਲੀ ਲਈ ਰਾਹ ਪੱਧਰਾ ਕਰ ਸਕਦੀ ਹੈ, ਜਿੱਥੇ ਪਿਤਾ ਪੀੜ੍ਹੀ ਅਤੇ ਅੰਤਰ ਨੂੰ ਧਿਆਨ ਵਿੱਚ ਰੱਖਦੇ ਹਨ ਅਤੇ ਪੁੱਤਰ ਜੀਵਨ ਦੇ ਇਸ ਨਵੇਂ ਪੜਾਅ ਵਿੱਚ ਆਪਣੇ ਪਿਤਾ ਨੂੰ ਅਨੁਕੂਲ ਬਣਾਉਂਦਾ ਹੈ। ਅਗਲਾ ਫੇਜ਼ ਹੈ ਜੀ ਐਡਲਟਹੁੱਡ, ਯਾਨੀ ਕਿ ਬਾਲਗਤਾ। ਇਸ ਪੜਾਅ ਵਿੱਚ ਪੁੱਤਰ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਸਦਾ ਪਿਤਾ ਬਹੁਤ ਸਾਰੀਆਂ ਚੀਜ਼ਾਂ ਬਾਰੇ ਸਹੀ ਹੋ ਸਕਦਾ ਹੈ ਅਤੇ ਪਿਤਾ ਆਪਣੇ ਪੁੱਤਰ ਵਿੱਚ ਵਧੇਰੇ ਵਿਸ਼ਵਾਸ ਪੈਦਾ ਕਰਦਾ ਹੈ। ਐਂਡ ਹੀ ਇਜ਼ ਅ ਮੈਚੋਰ ਐਡਲਟ ਐਂਡ ਨੋ ਲੰਗਰ ਐਨ ਇੰਪਲਸਿਵ ਟੀਨੇਜਰ। ਰਿਸ਼ਤਾ ਇੱਕ ਆਰਾਮਦਾਇਕ ਜ਼ੋਨ ਵਿੱਚ ਸੈਟਲ ਹੋ ਜਾਂਦਾ ਹੈ ਜਿੱਥੇ ਦੋਵੇਂ ਇੱਕ ਦੂਜੇ ਦੀਆਂ ਸੀਮਾਵਾਂ ਦਾ ਆਦਰ ਕਰਦੇ ਹਨ ਅਤੇ ਇੱਕ ਸਿਹਤਮੰਦ, ਹੋਰ ਵੀ ਗਤੀਸ਼ੀਲ ਰਿਸ਼ਤੇ ਪ੍ਰਾਪਤ ਕਰਦੇ ਹਨ। ਪਿਤਾ ਵੀ ਆਪਣੇ ਪੁੱਤਰ ਦੀ ਸਲਾਹ ਲੈਣਾ ਸ਼ੁਰੂ ਕਰ ਦਿੰਦਾ ਹੈ ਅਤੇ ਪੁੱਤਰ ਜੋ ਪਹਿਲਾਂ ਅਨੁਯਾਈ ਹੁੰਦਾ ਸੀ ਹੁਣ ਹੌਲੀ ਹੌਲੀ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਂਦਾ ਹੈ। ਸੋ ਗੱਲਾਂ ਦੀ ਗੱਲ ਇਹ ਹੈ ਕਿ ਇਹ ਸੱਚ ਹੈ ਕਿ ਮਾਂ ਹੀ ਦੁੱਖ ਚੱਲ ਕੇ ਬੱਚੇ ਨੂੰ ਦੁਨੀਆਂ ਵਿੱਚ ਲੈ ਕੇ ਆਉਂਦੀ ਹੈ, ਪਰ ਉਸੇ ਦਿਨ ਪਿਤਾ ਦਾ ਵੀ ਜਨਮ ਹੁੰਦਾ ਹੈ। ਕੁਛ ਲਈ ਪਿਤਾ ਜੀ ਇੱਕ ਹੀਰੋ ਹਨ ਅਤੇ ਦੂਜਿਆਂ ਲਈ ਉਹ ਇੱਕ ਦੋਸਤ ਅਤੇ ਮਾਰਗਦਰਸ਼ਕ ਹੈ। ਪਿਤਾ ਅਤੇ ਪੁੱਤਰ ਦੀ ਨੇੜਤਾ ਨੂੰ ਮਾਪਿਆ ਨਹੀਂ ਜਾ ਸਕਦਾ, ਇਹ ਸਿਰਫ ਜੋੜੀ ਦੁਆਰਾ, ਡੂਓ ਦੁਆਰਾ ਅਨੁਭਵ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਸਲਾਹ ਲਈ ਆਪਣੇ ਦੋਸਤਾਂ ਵੱਲ ਮੁੜਨ ਦੀ ਬਜਾਏ ਆਪਣੇ ਪਿਤਾ ਕੋਲ ਜਾਂਦੇ ਹੋ ਤਾਂ ਇੱਕ ਮਜ਼ਬੂਤ ਅਤੇ ਭਰੋਸੇਮੰਦ ਭਾਵਨਾਤਮਕ ਸੰਬੰਧ ਦੀ ਨਿਸ਼ਾਨੀ ਹੈ। ਜੇਕਰ ਤੁਹਾਡੇ ਪਿਤਾ ਜੀ ਤੁਹਾਡੀ ਪਿੱਠ ਥੱਪਣ ਜਾਂ ਦਿਲ ਨਾਲ ਹੱਥ ਮਿਲਾਉਣ ਤੋਂ ਨਹੀਂ ਝਿਜਕਦੇ ਜਾਂ ਤੁਹਾਡੀਆਂ ਪ੍ਰਾਪਤੀਆਂ ਨੂੰ ਸਾਂਝਾ ਕਰਨ ਤੋਂ ਬਾਅਦ ਤੁਹਾਨੂੰ ਗਲੇ ਲਗਾ ਲੈਂਦੇ ਹਾਂ ਤਾਂ ਇਹ ਇੱਕ ਸਿਹਤਮੰਦ ਸਰੀਰਕ ਸੰਬੰਧ ਦੀ ਨਿਸ਼ਾਨੀ ਹੈ। ਪਿਤਾ ਅਤੇ ਪੁੱਤਰ ਦੇ ਰਿਸ਼ਤੇ ਨੂੰ ਜੀਵਨ ਦੇ ਹਰ ਪੜਾਅ 'ਤੇ ਧਿਆਨ ਨਾਲ ਪਾਲਿਆ ਜਾਣਾ ਚਾਹੀਦਾ ਹੈ।
पर ना खुलन दी आम मर्द प्रवृत्ति नेड़ता नू कमजोर कर सकती है। इसलिए ए पिता दी जिम्मेवारी है कि ओ रिश्ते दे शुरुआती पड़ाव दौरान पुत्र दा उत्थे होना अते पालन पोषण करना अते पुत्र दा फर्ज है कि ओ जीवन विच बाद विच बंधन दा सत्कार अते मजबूती करे। एहो जी होर जानकारी लई गल्लां दी गल लई जुड़े रहो साडे चैनल दे नाल एंड डू नॉट फॉरगेट टू सब्सक्राइब लाइक एंड कमेंट। सत श्री अकाल।